मेरी जगदिया जो होता वाली माता जी मानी सदाई जय जगारा शेरा वाली दा बोलिए साचे दरबार की जय समाधा एक बहुत ही गहरा भक्त मान की रखता है जगारा शेरा वाली दा बोलिए साचे दरबार की जय अपने दीवानियों चिदातिए असा दा मिलिक देना अपने दीवाने का चिदातिए असा दा मिलिक I'm sorry, 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 I'm sorry,
ਮੇਰੀਆਂ ਗਵਾਜ਼ਰੀਆਂ ਸੋਹਣੀਆਂ ਹਾਜ਼ਰੀਆਂ ਜਿਨ੍ਹਾਂ ਨੇ ਸਾਰੀ ਰਾਤ ਬੰਦ ਦੇ ਨਾਲ ਹਾਜ਼ਰੀਆਂ ਲਗਾਈਆਂ ਜੀ। Oh,
Thank you.
ਨਾ ਭਗਤੀ ਕਰਦਾ ਕੁਛ ਕਰ ਸਕਦਾ ਨਾ ਕਰੀ ਸਕਦਾ ਨਾ ਕਰਦੀ ਮਾਂ ਹੀ ਕੁਛ ਕਰ ਸਕਦੀ ਮਾਂ ਵੀ ਬੱਚਿਆਂ ਦਾ ਫੇਰ ਦੀ ਚੱਕੀ ਲੱਗਦੀ ਕੀ ਕਹਿੰਦਾ ਸੱਚਾ ਹੱਥ ਖੱਬੇ ਨੂੰ ਧੋਵੇ Thank you.
कि मां अब तो मेरे दरबार में आया नहीं जाता। जैक में ऑस्ट्रेलिया वाले माता रानी के माता रानी सारे कृपा करती है सुबोध सरवान जी के जेडे धिया प्यार करते हैं। वाह जी वाह, देखो कली बच्ची ने भी मां का कारण है, सारे का दिल लाया है। तू दो कदमा पुत शरदा ना मां दस कदम चले आवेगी तू सत दसें बिच कुली तेरी मां एक भी पल नहीं करेगी। तू सत दसें बिच कुली दे मां एक भी पल नहीं लावेगी। तू कहना मेरे भाग सुते मां तेरे ऐसे रेत जगावेगी वो जिदा तू चुनना है ता दस असलों कि मां की नजर हो जाए। मनाक्षी गाओ रिति गौतम से मीनाक्षी गौतम पोत्री बहुत सच्चे दरबार की जयकारा जोता वाली दा बोले दरबार की ਸਕੂਨ ਨਾ ਮਿਲਿਆ ਖੁਸ਼ੀ ਨਾ ਮਿਲੀ ਕਿਸੇ ਨੂੰ ਮਿਲਦਾ ਕਿਸੇ
ये वाकया तुम महसूस कर रहे हो मेरे कहना कहना कुछ होगा मन में ना कर महसूस हो रहा था सारे ने आनंद लेना पमाद चला था ताली ला के तेरे दरबार में मैया मेरा हवाली
हरे पधारे भर लो चोरिया वो जय माता दी प्यारे नाल बोलो जयकारा माई दा Thank you.
जागरण सी उन्हों का तरीका वखरा सी उन्हों का नंद भी वखरा सी। बहु माता रखते चरणा में बोलिए साचे दरबार की महाराज भगजन की अखा बंद करा तो तेरे दरबार में आ जाऊंगा, अखा खोला तो फिर मैं अपने घर पहुंच जाऊंगा।
मां की कह रही है एक मंग तेरे तो मैं मंगा मेरा बेड़ा जो अंदर खीर होवे एक मंग तेरे तो मैं मंगा मेरा बेड़ा जो अंदर खीर होवे हूं सदा नहीं जदों मेरी आंखों दे अखा ते मेरे सामने ऐसा वरदान दे रे एक मांग तेरे को मैं मंगा मेरा वेवा जदों मन तक हीर हो गए होवन सदा नहीं जदों मेरिया बंद अखां ते मेरे सामने तेरी महाल की कहनी है Thank you.
ऋषि भारतवा जी बहुत सम्मान Thank you.
Thank you.
Thank you.
ਸਿਕਾਰਾ ਸ਼ੇਰਵਾਲੀ ਦਾ ਸੱਚੇ ਦਰਬਾਰ ਕੀ ਜੈ ਤੋਂ ਮਾਂ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਸੁਣਦੇ ਹੋ ਤਾਂ ਜੀ ਹੁਣ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਕਥਾ ਸੁਣਾ ਰਿਹਾ ਜੀ ਕਥਾ ਵੀ ਕਾਹਦੀ ਹੈ ਵੀ ਇੱਕ ਤੋਂ ਲੈ ਕੇ ਵੀਹ ਠੀਕ ਹੈ ਜੀ ਜਾਂ ਇੱਕ ਤੋਂ ਲੈ ਕੇ ਵੀਹ ਦੇਖ ਲਓ ਤੇ ਜਾਂ ਫਿਰ ਗੰਜੇ ਜਾਰੀ ਦਾ ਵਿਆਹ ਠੀਕ ਹੈ ਜੀ ਰਾਜਾ ਮਾਨ ਦਾ ਧੋਇਆ ਜਿਹੜੀ ਲੜਕੀ ਸ਼ਾਦੀ ਯੋਗ ਹੋਈ ਇੱਕ ਦਿਨ ਰਾਜਾ ਤੇ ਰਾਣੀ ਆਪਣੇ ਮਹਿਲਾਂ ਵਿੱਚ ਗੱਲਾਂ ਕਰਦੇ ਆ ਗੱਲਾਂ ਕੀ ਕਰਦੇ ਆ ਵੀ ਰਾਜਕੁਮਾਰੀ ਸ਼ਾਦੀ ਯੋਗ ਹੋ ਗਈ ਹੈ ਤੇ ਹੁਣ ਕੋਈ ਚੰਗਾ ਜਿਹਾ ਰਾਜਕੁਮਾਰ ਦੇਖ ਕੇ ਦੇ ਲਈ ਆਪਾਂ ਸ਼ਾਦੀ ਕਰ ਦਈਏ ਸਾਰੀ ਰਾਤ ਗੱਲਾਂ ਕਰਦੇ ਰਹੇ ਬੱਚਿਆਂ ਵਿੱਚ ਪੈ ਰਹੇ ਦਿਨ ਚੜਿਆ ਉਹ ਰਾਜਕੁਮਾਰੀ ਨੇ ਆਪਣੇ ਪਿਤਾ ਨੂੰ ਆਖਿਆ ਕਹਿੰਦਾ ਪਿਤਾ ਜੀ ਰਾਤ ਕੀ ਵਿਚਾਰ ਕਰਦੇ ਸੀ ਕਹਿੰਦੇ ਪੁੱਤਰ ਤੇਰੇ ਵਾਸਤੇ ਬਾਹਰ ਲੱਭਣ ਦੀ ਗੱਲ ਕਰਦੇ ਸੀ ਫਿਰ ਤੇਰਾ ਵਾਰ ਦੇਖ ਕੇ ਤੇਰੀ ਕੋਈ ਸ਼ਾਦੀ ਕਰ ਦਈਏ ਕਹਿੰਦੇ ਪਿਤਾ ਜੀ ਮੇਰਾ ਵਾਰ ਤਾਂ ਲੱਭਣਾ ਮੇਰੀ ਸ਼ਾਦੀ ਤੇ ਕਰਨੀ ਪਰ ਇੱਕ ਮੇਰੀ ਛੋਟੀ ਜਿਹੀ ਬੇਨਤੀ ਹੈ ਕਹਿੰਦੇ ਕੀ ਕਹਿੰਦੇ ਵੀ ਜਿਹੜਾ ਰਾਜਕੁਮਾਰ ਨਾਲ ਮੇਰੀ ਸ਼ਾਦੀ ਕਰਨੀ ਹੈ ਬਾਹਰ ਤੁਸੀਂ ਲੱਭੋਗੇ ਤੇ ਮੇਰਾ ਸੋਮਨ ਰੱਖਿਆ ਜਾਵੇਗਾ ਤੇ ਸੋਮਵਾਰ ਦੇ ਵਿੱਚ ਮੈਂ ਇੱਕ ਸ਼ਰਤ ਰੱਖਾਂਗੀ ਜਿਹੜਾ ਉਹ ਰਾਜਕੁਮਾਰ ਸ਼ਰਤ ਪੂਰੀ ਕਰ ਦੂਗਾ ਉਹਨੂੰ ਮੈਂ ਆਪਣਾ ਪਤੀ ਮੰਨਾਂਗੀ ਕਹਿੰਦੇ ਠੀਕ ਹੈ ਲਓ ਜੀ ਰਾਜੇ ਮਾਨ ਦੱਤ ਨੇ ਸੁਨੇਹੇ ਪਹੁੰਚਾ ਤੇ ਰਾਜਾਂ ਦੇ ਵਿੱਚ ਰਿਆਸਤਾਂ ਦੇ ਵਿੱਚ ਵੀ ਰਾਜੇ ਮਾਨ ਸਿੰਘ ਦੀ ਲੜਕੀ ਦਾ ਸੋਮਵਾਰ ਹੈ ਜਿਹਨੇ ਭਾਗ ਲੈਣਾ ਆ ਜਾਓ ਰਾਜੇ ਮਹਾਰਾਜੇ ਹੋ ਗਏ ਇਕੱਠੇ ਸੋਮਵਾਰ ਲੱਗ ਗਿਆ ਜਦੋਂ ਸੋਮਵਾਰ ਲੱਗਾ ਤੇ ਰਾਜਕੁਮਾਰੀ ਨੂੰ ਪੁੱਛਦੇ ਵੀ ਤੇਰੀ ਬੇਟਾ ਸ਼ਰਤ ਕੀ ਹੈ ਕਹਿੰਦੀ ਬਹੁਤ ਵੱਡੀ ਗੱਲ ਨੀ ਕਹਿੰਦੀ ਜਿੰਨੇ ਰਾਜਕੁਮਾਰ ਆਏ ਜਿਹੜਾ ਮੈਨੂੰ ਇੱਕ ਤੋਂ ਲੈ ਕੇ ਵੀਹ ਸੁਣਾ ਦੇਵੇ ਉਹ ਮੇਰਾ ਪਤੀ ਹੁਣ ਜਿੰਨੇ ਰਾਜਕੁਮਾਰ ਆਏ ਸੀ ਤੁਹਾਨੂੰ ਪਤਾ ਕਿ ਇੱਕ ਤੋਂ ਲੈ ਕੇ ਵੀਹ ਦਾ ਜਿਹੜਾ ਬੰਦਾ ਇੱਕ ਦਿਨ ਵੀ ਸਕੂਲ ਨਾ ਗਿਆ ਹੋਵੇ ਉਦੋਂ ਵੀ ਆਉਂਦੇ ਹੈ ਹੁਣ ਨੇ ਵੀਹ ਤਾਂ ਰੱਖ ਲਿਆ ਸੋਮਵਾਰ ਹੁਣ ਕਹਿੰਦੇ ਇਹਨੂੰ ਇੱਕੋ ਬੰਦੇ ਨੂੰ ਸੁਣਾ ਦੇਣੀ ਹੈ ਲਓ ਜੀ ਕਹਿੰਦੇ ਵੀ ਜਿਹੜਾ ਸਭ ਤੋਂ ਪਹਿਲਾਂ ਰਾਜਕੁਮਾਰ ਆਇਆ ਉਹਨੂੰ ਆਵਾਜ਼ ਮਾਰੋ ਆ ਗਿਆ ਜੀ ਕਹਿੰਦੇ ਵੀ ਪਹਿਲਾਂ ਤੂੰ ਆਇਆ ਆ ਰਾਜਕੁਮਾਰ ਵੀ ਸੁਣਾ ਰਾਣੀ ਨੂੰ ਵੀ ਉਹ ਐਡਾ ਕਾਲਾ ਕਹਿੰਦਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੋ ਸਾਹ ਵਿੱਚ ਵੀਹ ਕਹਿ ਗਿਆ ਕਹਿੰਦਾ ਲਿਆਓ ਜੀ ਬਹੁਤ ਜੈ ਮਾਲਾ ਕਹਿੰਦੀ ਤੁਰਦਾ ਵਾ ਹੈਡਾਂ ਦੇ ਵੀਹ ਕਿਹੜੇ ਫਿਰ ਸਭ ਕਿੰਨੇ ਆ ਜੈ ਮਾਲਾ ਪਾਉਂਗੀ ਵੀਹ ਸੁਣਾ ਲਓ ਜੀ ਹੋਇਆ ਪਾਸੇ ਦੂਜਾ ਆ ਗਿਆ ਉਹਨੇ ਸੋਚਿਆ ਵੀ ਸ਼ਾਇਦ ਰਾਣੀ ਨੇ ਅੰਗਰੇਜ਼ੀ ਵਾਲੇ ਸੁਣਨੇ ਆ ਉਹ ਕਹਿੰਦੀ ਮੈਨੂੰ ਵੀ ਆਉਂਦੇ ਕਹਿੰਦਾ ਆਉਂਦੇ ਆ ਕਹਿੰਦੀ ਸੁਣਾ ਕਹਿੰਦਾ ਵਨ ਟੂ ਥ੍ਰੀ ਫੋਰ ਫਾਈਵ ਉਹ ਦੂਸਰੇ ਬੰਦੇ ਸ਼ੁਰੂ ਹੋ ਗਏ ਕਹਿੰਦੀ ਤੂੰ ਵੀ ਅੰਗਰੇਜ਼ ਆ ਤੂੰ ਵੀ ਬਹਿ ਜਾ ਤੇਰੇ ਵਾਲੇ ਵੀ ਸੁਣੇ ਤੀਜੇ ਨੂੰ ਆਵਾਜ਼ ਮਾਰੀ ਤੀਜਾ ਹੁਣ ਉਰਦੂ ਪੜਿਆ ਸੀ ਤੇ ਉਹ ਕਹਿੰਦੀ ਮੈਨੂੰ ਆਉਂਦੇ ਕਹਿੰਦਾ ਆਉਂਦੇ ਆ ਕਹਿੰਦੀ ਸੁਣਾ ਕਹਿੰਦਾ ਆਪੋ ਤੋਂ ਸੋ ਉਧਰੋਂ ਸ਼ੁਰੂ ਹੋ ਗਿਆ ਕਹਿੰਦੀ ਤੂੰ ਵੀ ਸਾਈਡ ਤੇ ਹੋ ਜਾ ਕਹਿੰਦੇ ਗੱਲ ਕੀ ਨਾਨੀ ਕਿਹੜੀ ਆ ਸਾਰਿਆਂ ਨੂੰ ਕਹੀ ਜਾਂਦੀ ਮੈਂ ਸੁਣਿਆ ਵੀਹ ਸਹੀ ਕਹਿੰਦੇ ਬੰਦੇ ਗੰਜਾ ਜਾਰੀ ਜੰਗਲ ਦੇ ਵਿੱਚ ਗਊਆਂ ਚਾਰਦਾ ਸਿਰ ਤੋਂ ਗੰਜਾ ਪੈਰਾਂ ਨੂੰ ਨੰਗਾ ਰੰਗ ਦਾ ਕਾਲਾ ਰਾਜਕੁਮਾਰ ਦਾ ਦੇਖ ਕੇ ਬੜਾ ਖੁਸ਼ ਹੋਇਆ ਜਦੋਂ ਰਾਜਕੁਮਾਰ ਉਹਦੇ ਗੰਜੇ ਦੇ ਕੋਲ ਦੀ ਘੋੜਾ ਲੈ ਕੇ ਕਿੱਲਾ ਗਿਆ ਗੰਜਾ ਤੇਜ਼ੀ ਰੋਣ ਲੱਗ ਪਿਆ ਉਹਨੇ ਘੋੜਾ ਘੁਮਾਇਆ ਉਹਦੇ ਕੋਲ ਆ ਗਿਆ ਕਹਿੰਦਾ ਕੌਣ ਲੱਗਿਆ ਜਦੋਂ ਮੈਂ ਸਾਹਮਣੇ ਆ ਗਿਆ ਸੀ ਖੁਸ਼ ਬੜਾ ਹੋ ਰਿਹਾ ਜਦੋਂ ਮੈਂ ਅੱਗੇ ਲੰਘ ਗਿਆ ਰੋਣ ਲੱਗ ਪਿਆ ਮੇਰਾ ਹੱਸਣ ਦਾ ਤੇ ਰੋਣ ਦਾ ਕਾਰਨ ਕੀ ਹੈ ਕਹਿੰਦਾ ਯਾਰ ਹੱਸਣਾ ਕਿੰਨੀ ਯਾਰ ਮੈਂ ਇਸ ਕਰਕੇ ਹੱਸ ਰਿਹਾ ਸੀ ਵੀ ਤੈਨੂੰ ਪਰਮਾਤਮਾ ਨੇ ਇੰਨੀ ਸ਼ਕਲ ਬਖਸ਼ੀ ਹੈ ਵੀ ਮੈਂ ਤੋਂ ਰੱਬ ਨਾਲ ਗੱਲ ਕਰ ਰਿਹਾ ਵੀ ਮਾਲਕਾ ਇਹੋ ਜਿਹੀਆਂ ਸੂਰਤਾਂ ਵੀ ਤੂੰ ਪੈਦਾ ਕਰਦੀਆਂ ਜਿਹੜੇ ਚੰਨ ਵਰਗੇ ਭੁੱਖੇ ਆ ਤੇ ਮੇਰੇ ਵਰਗੇ ਵਿਗੇਟੇ ਦੇ ਵੀ ਤੂੰ ਪੈਦਾ ਕਰਦਾ ਵਾਹ ਤੇਰੀ ਮਾਇਆ ਕਹਿੰਦਾ ਚੱਲ ਇਹ ਤਾਂ ਤੂੰ ਰੱਬ ਦੀ ਉਸਤਤ ਕਰਕੇ ਹੱਸ ਰਿਹਾ ਤੇ ਜਦੋਂ ਮੈਂ ਅੱਗੇ ਲੰਘ ਗਿਆ ਉਦੋਂ ਮੇਰੀ ਸ਼ਕਲ ਖਰਾਬ ਹੋ ਗਈ ਕਹਿੰਦਾ ਨਹੀਂ ਰੋਇਆ ਮੈਂ ਇਸ ਕਰਕੇ ਆ ਵੀ ਤੂੰ ਵੀ ਸੁਣਾਉਣ ਚੱਲਿਆ ਕਹਿੰਦਾ ਮੈਂ ਵੀ ਸੁਣਾਉਣ ਚੱਲਿਆ ਤੇ ਤੇਰਾ ਰੋਣਾ ਕਿਉਂ ਨਿਕਲਿਆ ਕਹਿੰਦਾ ਤੂੰ ਜਾਣਾ ਹੀ ਆ ਵਾਪਸ ਥੋੜ੍ਹੀ ਆਉਣਾ ਕਹਿੰਦਾ ਕੀ ਹੋਇਆ ਕਹਿੰਦਾ ਰਾਜਕੁਮਾਰੀ ਨੇ ਸ਼ਰਤ ਰੱਖਤੀ ਆ ਜਿਹੜਾ ਮੈਨੂੰ ਵੀ ਸੁਣਾਊਗਾ ਉਹਨੂੰ ਮੈਂ ਆਪਣਾ ਪਤੀ ਮੰਨੂਗੀ ਜਿਹੜਾ ਮੈਨੂੰ ਵੀ ਨਾ ਸੁਣਾਊਗਾ ਮੈਂ ਸਿਰ ਕਰਕੇ ਰੱਖੂਗਾ ਲੋ ਬਾਜੀ ਸਿਰ ਧਰਦੀ ਲੱਗਦੀ ਹੈ ਤੇ ਗੁਰਬਾਣੀ ਕੀ ਕਹਿੰਦੀ ਹੈ ਜਿਨ ਕਲ ਸਤੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੋਰੀ ਆਓ ਇਤਮਾਰਗ ਪੈਰ ਧਰੀ ਜਾ ਸਿਰ ਦੀ ਜਾ ਕਾਰਨ
ਕਹਿੰਦਾ ਰਾਣੀ ਦੀ ਸ਼ਰਤ ਤੇ ਤੋਂ ਪੂਰੀ ਨਹੀਂ ਹੋਣੀ, ਮੈਂ ਇਸ ਕਰਕੇ ਰੋ ਰਿਹਾ, ਉਹਨੇ ਤੇਰਾ ਸਿਰ ਕੱਟ ਲੈਣਾ ਆ, ਤੇਰੀ ਮਾਂ ਨੇ ਉਡੀਕਦਿਆਂ ਤੈਨੂੰ ਮਰ ਜਾਣਾ, ਮੇਰੀ ਮਾਂ ਦਾ ਪਿੱਛੇ ਜਾ। ਕਹਿੰਦਾ ਪਿੱਛੇ ਨਹੀਂ ਜਾਣਾ ਰਾਜਾ ਹੈ। ਕਹਿੰਦਾ ਫਿਰ ਇੱਕ ਕੰਮ ਕਰੂੰਗਾ। ਕਹਿੰਦਾ ਕੀ? ਕਹਿੰਦਾ ਮੇਰੀਆਂ ਬੱਕਰੀਆਂ ਚਾਹੀਦੀਆਂ। ਕਹਿੰਦਾ ਤੂੰ ਕੀ ਕਰਨਾ? ਕਹਿੰਦਾ ਰਾਣੀ ਨੂੰ ਵੀ ਮੈਂ ਸੁਣਾ ਕੇ ਆਉਂਦਾ। ਲਓ ਜੀ ਗੱਜਾ ਚਲ ਗਿਆ, ਰਾਜਕੁਮਾਰ ਬੱਕਰੀਆਂ ਚਾਹ ਲੱਗਦਾ। ਰਾਣੀ ਨੇ ਇੱਕ ਸ਼ਰਤ ਹੋਰ ਕਰਤੀ, ਕਹਿੰਦੀ ਵੀ ਜਿਹੜਾ ਉੱਠਦਾ ਉਹ ਜਾ ਕੇ ਕਹਿੰਦਾ ਮੈਂ ਨਹੀਂ ਸੁਣਾਉਣਾ। ਉਹਨੇ ਗੋਲੀ ਨੂੰ ਕਹਿਤਾ, ਕਹਿੰਦੀ ਗੋਲੀ ਗੱਲ ਸੁਣਨਾ ਤੇਰੀ, ਵੀ ਚਾਰ ਸਵਾਲ ਤੂੰ ਹੁਣ ਇੱਕ ਬੰਦੇ ਨੂੰ ਕਰਦੇ ਜਿਹੜਾ ਵੀ ਸੁਣਾਉਣਾ, ਜੇ ਤੇਰੇ ਚਾਰ ਸਵਾਲਾਂ ਦਾ ਜਵਾਬ ਦੇ ਦੂੰ ਤਾਂ ਮੇਰੇ ਕੋਲ ਭੇਜ ਦੀ, ਨਹੀਂ ਤੇ ਇੱਕ ਸਵਾਲ ਦੇ ਪੰਜ ਛਿੱਤਰ ਮਾਰ ਕੇ ਫਿਰ ਮੋੜੀ ਜੀ ਪੰਜੂ ਚੌਕਾ ਵੀ। ਕਹਿੰਦੀ ਠੀਕ ਆ। ਲਓ ਜੀ ਉਹਨੇ ਬਾਹਰ ਇੱਕ ਟੱਲ ਬੰਨਤਾ ਮੈਦਾਨ ਦੇ ਵਿੱਚ, ਵੀ ਜਿਹਨੇ ਵੀ ਸੁਣਾਉਣੇ ਆ ਟੱਲ ਆ ਕੇ ਜਾ ਲਿਆ ਕਰੇ। ਗੰਜੇ ਨੇ ਜਾ ਕੇ ਬੱਕਰੀਆਂ ਦਾ ਢਾਂਗਾ ਹੀ ਮਾਰਨਾ ਸ਼ੁਰੂ ਕਰਤਾ, ਲੋਕ ਦੇਖਦੇ ਵੀ ਆ ਟੱਲ ਅੱਜ ਕਿਹੜੇ ਤਰੀਕੇ ਨਾਲ ਵੱਜ ਰਿਹਾ। ਸਾਰਾ ਸ਼ਹਿਰ ਇਕੱਠਾ ਹੋ ਗਿਆ, ਕਹਿੰਦੇ ਵੀ ਬੰਦਾ ਟੱਲ ਵਜਾ ਰਿਹਾ। ਬੋਲੀ ਆਈ ਭੱਜੀ, ਵੇ ਟੱਲ ਕਰ ਤੋਂ ਵਜਾਉਂਦਾ। ਕਹਿੰਦਾ ਮੈਂ ਵੀ ਸੁਣਾਉਣਾ ਆ। ਦੇਖਦੀ ਵੀ ਸੁਣਾਉਣਾ ਹੈ ਨਾ, ਇਹਦੇ ਸਿਰ ਤੇ ਮੁਕਤ ਹੋਵੇਗਾ ਨਾ ਕੋਈ ਰਾਜਾ ਪਿਛਾ ਗਿਆ ਸਿਰ ਤੇ ਕਮਾਲ ਦੀ ਬਿਗਾ ਟੇਢਾ ਬੰਦਾ ਵੀ ਸੁਣਾਉਣ ਆ ਗਿਆ। ਕਹਿੰਦੀ ਚੱਲ ਕੋਈ ਗੱਲ ਨੀ, ਫਿਰ ਤੈਨੂੰ ਵੀ ਆਉਂਦੇ ਕਹਿੰਦਾ ਆਉਂਦੇ ਆ। ਕਹਿੰਦੀ ਮੈਂ ਚਾਰ ਸਵਾਲ ਮੇਰੇ ਆ ਗੰਜਿਆ। ਕਹਿੰਦਾ ਕੀ ਹੈ? ਕਹਿੰਦੀ ਮੇਰੇ ਚੌਂ ਸਵਾਲਾਂ ਦਾ ਜਵਾਬ ਦੇ ਦੇ, ਨਹੀਂ ਤੇ ਇੱਕ ਸਵਾਲ ਦੇ ਪੰਜ ਛਿੱਤਰ ਪੈਣੇ ਤੇਰੇ ਆ, ਤੇ ਪੰਜੂ ਚੌਂਕਾ ਵੀਹ ਛਿੱਤਰ ਮਾਰ ਕੇ ਤੈਨੂੰ ਇੱਥੇ ਘੋੜ ਦੇ। ਕਹਿੰਦਾ ਸੁਣ। ਲਓ ਜੀ ਬੋਲੀ ਨੇ ਕੀਤਾ ਸਵਾਲ, ਕਹਿੰਦੀ ਗੰਜਿਆ ਅਰਸ਼ ਦਾ ਫੁੱਲ ਤੇ ਜ਼ਮੀਨ ਦਾ ਗੁਲ, ਦੱਸ ਦੋਨਾਂ ਦਾ ਮਤਲਬ ਕੀ ਆ? ਇਹਦੇ ਗਰਾਫੇ ਤੇ ਤੁਹਾਨੂੰ ਉਹ ਚੀਜ਼ਾਂ ਪਤਾ ਲੱਗਣੀਆਂ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ। ਕਹਿੰਦੀ ਅਰਸ਼ ਦਾ ਫੁੱਲ, ਜ਼ਮੀਨ ਦਾ ਗੁਲ, ਦੋਨਾਂ ਦਾ ਜਵਾਬ ਦੇ, ਨਹੀਂ ਤਾਂ ਦੱਸ ਚੁੱਕੀਆਂ ਗੱਲ। ਕਹਿੰਦਾ ਰਾਣੀ ਬੋਲੀਏ ਕੋਈ ਹੋਰ ਚੱਜ ਦੀ ਗੱਲ ਕਰ, ਨਿੱਕੇ ਨਿੱਕੇ ਸਵਾਲ ਨਾ ਪਾ। ਕਹਿੰਦੀ ਨਿੱਕਾ ਜਿਹਾ ਮੈਂ ਆਪਣੇ ਲੋ ਏਡਾ ਵੱਡਾ। ਕਹਿੰਦੀ ਦੱਸ ਇਹਦਾ ਮਤਲਬ ਕੀ ਹੈ? ਕਹਿੰਦਾ ਅਰਸ਼ ਦਾ ਫੁੱਲ, ਉਸ ਪਾਤਰਮ ਦੇ ਵਿੱਚ ਨਬੀ ਸਾਹਿਬ ਹੋਏ। ਕਹਿੰਦਾ ਅਰਸ਼ਾਂ ਵਿੱਚ ਵੀ ਉਹਦਾ ਰੋਜ਼ ਆਇਆ ਤੇ ਧਰਤੀ ਦੇ ਉੱਤੇ ਵੀ ਰੋਜ਼ ਆਇਆ। ਕਹਿੰਦਾ ਉਹ ਅਰਸ਼ ਦਾ ਗੁੱਲ ਹੈ, ਅਰਸ਼ ਦਾ ਗੁੱਲ ਹੈ ਤੇ ਉਹ ਅਰਸ਼ ਦਾ ਗੁੱਲ ਹੈ। ਕਹਿੰਦਾ ਦਸ ਹੋ ਗਏ? ਕਹਿੰਦੀ ਹੋ ਗਿਆ। ਕਹਿੰਦੀ ਮੈਂ ਦੋ ਰਹਿੰਦੇ ਹਜੇ। ਉਹਨੇ ਕਿਹਾ ਵੀ ਇਦੋਂ ਵੀ ਔਖੇ ਸਵਾਲ ਕਰਦੀ। ਕਹਿੰਦੀ ਵੀ ਅਗਲੇ ਦੋ ਬੜੇ ਔਖੇ ਆ। ਕਹਿੰਦਾ ਸੁਣ। ਕਹਿੰਦੀ ਮੈਂ ਗੰਜਿਆ ਕਵੇਲੇ ਦੀ ਨਵਾਜ ਤੇ ਬੇਨੁਕਤੀ ਕਿਤਾਬ ਦੱਸ ਕਿਹੜੀ ਹੈ? ਕਹਿੰਦਾ ਇਹ ਵੀ ਕੋਈ ਵੱਡੀ ਗੱਲ ਨਹੀਂ। ਬੋਲੀ ਕੋਈ ਹੈਰਾਨ ਨਹੀਂ ਕਹਿੰਦੀ ਜੀ, ਕਹੀ ਜਾਂਦਾ ਇਹ ਵੀ ਕੋਈ ਵੱਡੀ ਗੱਲ ਨਹੀਂ। ਕਹਿੰਦਾ ਕੀ ਕਿਹਾ? ਕਹਿੰਦੀ ਬੇਵਕਤੀ ਨਵਾਜ ਤੇ ਬੇਨੁਕਤੀ ਕਿਤਾਬ, ਦੱਸ ਦੋਨਾਂ ਦਾ ਮਤਲਬ ਕੀ ਹੈ? ਕਹਿੰਦਾ ਇਹ ਛੋਟੀ ਜਿਹੀ ਗੱਲ ਹੈ। ਕਹਿੰਦਾ ਬੇਵਕਤੀ ਨਵਾਜ ਉਦੋਂ ਪੜ੍ਹੀ ਜਾਂਦੀ ਹੈ ਜਦੋਂ ਬੰਦੇ ਦਾ ਜਨਾਜ਼ਾ ਜਾਂਦਾ, ਇਹ ਚੰਗੀ ਹੈ ਤੇ ਕਹਿੰਦੇ ਤਾੜੀ ਮਾਰ। ਜੇ ਉਸ ਗੁਰਸਿੱਖ ਮੰਗਦਾ ਤੇ ਜਦੋਂ ਸੰਸਕਾਰ ਦੀ ਅਰਦਾਸ ਹੁੰਦੀ ਉਦੋਂ ਕੋਈ ਟਾਈਮ ਥੋੜ੍ਹੀ ਦੇਖਦਾ ਕੀ ਹੈ। ਇਹ ਬੇਵਕਤੀ ਨਵਾਜ ਹੈ, ਇਹ ਜਦੋਂ ਸੰਸਕਾਰ ਦਾ ਟਾਈਮ ਹੈ ਉਦੋਂ ਪੜ੍ਹਨੀ ਪੈਣੀ ਹੈ। ਤੇ ਕਹਿੰਦਾ ਬੇਨੁਕਤੀ ਜਵਾਨ, ਬੇਨੁਕਤੀ ਕਿਤਾਬ ਕਿਹੜੀ ਆ? ਕਹਿੰਦਾ ਗੋਲੀਆ ਜੇ ਤੇਰੀ ਜਵਾਨ ਚੱਲਦੀ ਹੈ ਇਹ ਬੇਨੁਕਤੀ ਕਿਤਾਬ ਆ, ਇਹ ਜਵਾਨ ਬੰਦੇ ਨੂੰ ਰਾਜ ਕਰਾ ਦਿੰਦੀ, ਇਹ ਜਵਾਨ ਬੰਦੇ ਨੂੰ ਜੁੱਤੀਆਂ ਮਰਵਾ ਦਿੰਦੀ ਹੈ, ਇਹਦਾ ਕੋਈ ਨੁਕਤਾ ਹੀ ਨਹੀਂ। ਬਹੁਤ ਸੱਚੇ ਦਰਬਾਰ ਕੀ? ਗੋਲੀ ਕਹਿੰਦੀ ਵਾਹ ਬਈ ਵਾਹ। ਗੋਲੀ ਜਿਉਂ ਭੱਜੀ ਮਹਿਲਾ ਉੱਤੇ ਚੜ੍ਹਦੀ ਜਾਵੇ, ਕਹਿੰਦੀ ਆ ਗਿਆ ਵੀ ਆ। ਮੈਂ ਕਿਹਾ ਵੀ ਹੁਣ ਰਾਣੀ ਨੂੰ ਇੰਨਾ ਵਿਆਹ ਕਰਾਉਣਾ ਪੈਣਾ ਟੇਢੇ ਜਿਹੇ ਨਾ ਕਾਲੇ ਜਿਹੇ ਜਿੱਬੇ ਜਿਹੇ ਨਾ। ਕਹਿੰਦੀ ਰਾਣੀਏ ਆ ਗਿਆ ਹੀ ਉਹ। ਕਹਿੰਦੀ ਕੀ ਹੋ ਗਿਆ? ਉਹਦੇ ਭਾਣੇ ਕਿਤੇ ਮੀਂਹ ਮੂੰਹ ਆ ਗਿਆ। ਕਹਿੰਦੀ ਮੀਂਹ ਆ ਗਿਆ? ਕਹਿੰਦੀ ਨਹੀਂ ਉਹ ਆ ਗਿਆ ਹੀ ਉਹ। ਕਹਿੰਦੀ ਕੀ? ਕਹਿੰਦੀ ਮੀਂਹ ਵਾਲਾ। ਕਹਿੰਦੀ ਮੀਂਹ ਵਾਲਾ ਕੋਈ ਰਾਜਾ ਆਇਆ? ਉਹ ਕਹਿੰਦੀ ਰਾਜਾ ਨੇ ਤੁਹਾਨੂੰ ਦੇਖ ਤਾਂ ਸਹੀ, ਰਾਜਾ ਤੈਨੂੰ ਬਾਅਦ 'ਚ ਪਤਾ ਲੱਗੂ ਜੋ ਸ਼ਿਰਕਲ ਦੇ ਕਹੀ ਮਗਰੇ ਗੰਜਾ ਜਾ ਚੜਿਆ ਮਹਿਲਾਂ 'ਚ। ਕਹਿੰਦੀ ਮੈਂ ਕੀ ਕਰ ਰਿਹਾ? ਕਹਿੰਦਾ ਵੀ ਸੁਣਾਉਣਾ ਆ। ਕਹਿੰਦੀ ਮੈਂ ਤੈਨੂੰ ਆਉਂਦੇ ਆ। ਕਹਿੰਦਾ ਸੁਣ। ਲਓ ਜੀ ਹੁਣ ਰਾਣੀ ਲੱਗੀ ਆ ਵੀ ਸੁਣੋ, ਸੁਣ ਗੰਜਾ ਲੱਗਾ ਸੁਣਾਉਣ। ਹੁਣ ਤੁਸੀਂ ਦੇਖਿਓ ਵੀ ਸੁਣਦੇ ਆ ਜਾਂ ਗੰਜੇ ਦੀ ਟਿੰਡ ਲੈਂਦੀ ਹੈ। ਰਾਣੀ ਕਹਿੰਦੀ ਮੈਂ ਗੰਜੇ ਦਾ ਕਿਉਂ ਸੁਣਾ? ਜੇ ਤਾਂ ਸੁਣਾ ਤੇ ਵੀ ਤੈਨੂੰ ਮੈਂ ਆਪਣਾ ਪਤੀ ਮੰਨ ਲੈਣਾ। ਤੇ ਕਹਿੰਦਾ ਜੇ ਨਾ ਸੁਣਾਏ
फिर कहती एदा है तेरी टेंट ते जो मैं मारी ना तलवार तो सिर तेरा इदा जाना जिदा कलारा ने टिब्बिया च धुमाने पे होंगे कहना कोई गल नहीं लो जी हूं लगी सुन लाड़ी कहनी ताड़िया मारो गजे लिये की होया कहनी आई गल मैं सुननी चाहती एक ना रब का जरा मुश्किल है क्यों रब का ना एक ही है यह दूजा नहीं कहनी वे गंजा शुरुआत वधिया कर रही है दो बारे पता कहना पुछ लाड़ी कहती हसन वाला
ਜਿਹੜਾ ਨਾ ਦੁਨੀਆਂ ਦੇ ਉੱਤੇ ਬਹੁਤ ਘੱਟ ਬਣਦੇ ਆ। ਬਹੁਤ ਸੱਚੇ ਦਰਬਾਰ ਕੀ ਕਰਾ ਸ਼ੇਰਾਵਾਲੀ ਦਾ ਤੇਰਾ ਨੀ ਕਹਿੰਦੀ ਗੰਜਿਆ ਪੰਜਵੇ सिख धर्म के पांच प्यारे मुसलमान धर्म के पांच पीर पांच बंदे दे तत काम क्रोध लोभ हंकार ते पांच हाथ दिया उंगला लो जी पांच कह ते हुण तुहानू पता तमाशे वाले भी बैठे होंदे इक दो रुकियां मारदे लो पांच कह ते कहिंदा जे पंद्रह लैंदे कहिंदा पंद्रह नहीं चौथा हिस्सा गया जी पंजी चौका भी ਰਾਣੀ ਕਹਿੰਦੀ ਗੰਜਿਆ ਰਾਣੀ ਕਹਿੰਦੀ ਗੰਜਿਆ ਕਹਿੰਦਾ ਸੀਤਾ ਮਾਤਾ ਦਾ ਵੀ ਪਤਾ ਹੈ, ਸਤੀ ਦਾ ਬਹੁਤ ਘੱਟ ਪਤਾ ਹੋਵੇ ਸ਼ਾਇਦ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ। ਸਤੀ ਸਤੀ ਕੀ ਸੀ? ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਕੀ ਸੀ ਕਿ ਪਤੀ ਦੀ ਪਹਿਲਾਂ ਮੌਤ ਹੋ ਜਾਣੀ, ਉਹਦਾ ਜਦੋਂ ਸੰਸਕਾਰ ਹੋਣਾ ਤਾਂ ਉਹਦੇ ਘਰ ਵਾਲੀ ਨੇ ਜਿੰਨੇ ਜੀਓ ਜੀ ਖਾਤੇ ਬੈਠ ਕੇ ਆਪਣੇ ਪ੍ਰਾਣ ਤਿਆਗ ਦੇਣੇ ਵੀ ਮੇਰਾ ਪਤੀ ਗਿਆ ਪਰਮੇਸ਼ਰ ਗਿਆ ਮੇਰੀ ਦੁਨੀਆ ਗਈ ਪਤੀ ਨਾਲ ਖੱਤੀ ਹੋ ਜਾਣਾ। ਤੇ ਅੱਜ ਹੋ ਸਕਦਾ ਨਾ ਜੀ ਪਤੀ ਗਿਆ ਹੋਵੇ ਦੂਰ ਲੱਗਾ ਹੋਵੇ ਜਾਣ ਅੱਠ ਵਜੇ ਘਰੇ ਪਹੁੰਚਣਾ ਹੁਣ ਦਸ ਵਜ ਜਾਣਾ ਬਹੁਤ ਸੱਤੇ ਦਰਬਾਰ ਕੀ ਹੈ। ਗਿਆਰਾਂ ਬਾਰਾਂ ਵਜੇ ਪਤੀ ਆਇਆ ਭੁੱਖ ਲੱਗੀ ਹੋਈ ਕਹਿੰਦਾ ਰੋਟੀ ਲਿਆ ਰੋਟੀ ਪਾ ਕੇ ਲਿਆ ਉਹਦੀ ਭੈਣ ਮੇਰੀ ਉਹ ਖਾ ਰਿਹਾ ਚੁੱਪ ਕਰਕੇ ਬੈਠੀ ਤੂੰ ਵੀ ਖਾਦੀ ਕਹਿੰਦਾ ਤੂੰ ਵੀ ਖਾ ਲਾ ਨਹੀਂ ਕਹਿੰਦੀ ਇੱਕ ਅੱਧੀ ਮੰਮੀ ਖਾ ਲਓ ਕਹਿੰਦਾ ਤੂੰ ਤੈਨੂੰ ਅੱਜ ਭੁੱਖ ਖਾ ਤੋਂ ਨਹੀਂ ਲੱਗੀ ਤੇ ਤੂੰ ਹੀ ਲੇਟ ਹੋ ਗਿਆ ਮੈਂ ਜਦੋਂ ਸਬਜ਼ੀ ਬਣਾਈ ਲੂੰਗਾ ਚ ਦੇਖ ਲਈ ਬਹੁਤ ਸੱਚੇ ਦਰਬਾਰ ਇਹ ਨਹੀਂ ਕਿ ਭੈਣਾ ਹੈ ਵੀ ਸਬਰ ਸੰਭਵ ਕਰੀਆ ਸੁਣਨ ਦੇ ਹੈ ਜੇ ਭੈਣ ਉਦਾਂ ਦੀ ਮਿਲ ਜਾਂਦੀ ਉਹਨੂੰ ਪਤੀ ਨਹੀਂ ਆਉਂਦਾ ਮਿਲ ਉਹਦੇ ਪਤੀ ਦਾ ਕਰਕੇ ਉਹ ਭੁੱਖੀ ਸੁੱਤੀ ਹੋਵੇ ਪਤੀ ਕਹਿੰਦਾ ਵੀ ਆਇਆ ਰੋਟੀ ਦਾ ਨਾਂ ਨਹੀਂ ਲਿਆ ਕਹਿੰਦੀ ਰੋਟੀ ਨਹੀਂ ਖਾਣੀ ਤੂੰ ਖਾਧੀ ਨਹੀਂ ਕਹਿੰਦੇ ਮੈਂ ਤਾਂ ਮਰੀਕ ਨਹੀਂ ਆਉਣ ਦੇ ਕੱਟੀ ਖਾ ਲਾਂਗੇ ਤੂੰ ਖਾ ਲਿਆ ਨਹੀਂ ਨਹੀਂ ਤਾਂ ਕਹਿੰਦਾ ਨੌਜ ਬਰਗਰ ਖਾ ਲਿਆ ਜਦ ਦੋਨੋਂ ਬੰਦਿਆਂ ਤੇ ਹੋ ਜਾਏਗਾ ਪਰ ਗ੍ਰਿਸ਼ਟੀ ਇੱਕ ਗੱਡੀ ਹੈ ਜਿਵੇਂ ਇੱਕ ਗੱਡੀ ਦੇ ਦੋ ਟਾਇਰ ਨੇ ਦੋਨਾਂ ਦੇ ਹਵਾ ਬਰਾਬਰ ਨੂੰ ਬੈਲੈਂਸ ਬਣਿਆ ਹੋਵੇ ਤਾਂ ਗੱਡੀ ਵਧੀਆ ਚੱਲਦੀ ਇੱਕ ਟਾਇਰ ਕੰਡੀਸ਼ਨ ਦੇ ਵਿੱਚ ਵਧੀਆ ਹੋਵੇ ਤੇ ਗੱਡੀ ਨੇ ਚੱਲ ਸਕਦੀ ਔਰਤ ਵੀ ਸਤੀ ਸੁੰਦਰੀ ਹੋਵੇ ਤੇ ਪਤੀ ਵੀ ਜਿਹੜਾ ਪਰਮਾਤਮਾ ਵੀ ਉੱਥੇ ਵਸਦਾ ਹੈ ਉੱਥੇ ਪਰਮਾਤਮਾ ਦਾ ਵਸ ਹੁੰਦਾ ਬੋਲੀਏ ਸਾਚੇ ਦਰਬਾਰ ਕੀ ਸੱਤ ਅੱਗੇ ਆ ਗਿਆ ਅੱਠ ਹੁਣ ਆਪਣੇ ਵਿੱਚ ਦੱਸੋ ਅੱਠ ਕੀ ਹੈ ਜੀ ਇੱਕ ਵਿਆਹ ਦੀ ਗੱਲ ਹੈ ਹੱਥ ਖੜਾ ਕਰੋ ਅੱਠ ਕੀ ਹੈ ਆਪਣੇ ਜੀ ਬਹੁਤ ਸੱਚੇ ਦਰਬਾਰ ਜੀ ਨਹੀਂ ਪਤਾ ਆਪਣੇ ਵਿੱਚ ਹੈ ਹਰਮਾਰੀ ਕਹਿੰਦੀ ਗੰਜਿਆ ਆਪਣੇ ਆਪਣੇ ਰਾਮੀ ਕਹਿੰਦੀ ਗੰਜਿਆ ਆਪਣੇ ਆਪਣੇ
ਕਰੋ ਮਿਹਰਬਾਨ। ਬੋਲੀਏ ਸਾਡੇ ਦਰਬਾਰ ਕੀ ਆਗੇ ਪਿਆਰ ਕੀ ਤੇਰਾ ਵੀ ਕਹਿੰਦੀ ਕੰਝਿਆ ਲਾਉਂਦੇ ਕਹਿੰਦੇ ਰਾਣੀ ਨੂੰ ਬੜਾ ਤਰਸ ਆਇਆ ਕਹਿੰਦੇ ਰਾਣੀਏ ਇਹ ਕਿੱਦਾਂ ਚੰਦ ਆ
ਕਹਿੰਦੀ ਇਹ ਸ਼ਕਲੋਂ ਚੰਦ ਨਹੀਂ ਇਹ ਅਕਲ ਦਾ ਚੰਦ ਆ, ਇਹ ਸ਼ਕਲ ਦਾ ਚੰਦ ਨਹੀਂ ਇਹ ਅਕਲ ਦਾ ਚੰਦ ਆ, ਰੰਗ ਦੀ ਕੋਈ ਬਾਤ ਨਹੀਂ, ਮਿੱਠਤ ਨਹੀਂ ਵੀ ਨਾਨਕਾ ਗੁਣ ਜਗਿਆਈਆਂ ਤਤ ਸਾਧ ਸੰਗਤ ਜੀ। ਜੇ ਬੰਦਾ ਸ਼ਕਲ ਨੂੰ ਆਪਾਂ ਕੀ ਕਰਨਾ ਜੇ ਉਹਦੇ ਵਿੱਚ ਕੋਈ ਗੁਣ ਨਹੀਂ, ਆਪਾਂ ਧੀ ਵਿਆਹ ਨੇ ਕਿਸੇ ਨਾਲ ਸ਼ਕਲ ਦੇ ਕੇ ਸਾਡੀ ਧੀ ਉੱਥੇ ਸਾਰੀ ਉਮਰ ਦੁੱਖਾਂ ਵਿੱਚ ਪੈ ਗਈ ਤਾਂ ਅਸੀਂ ਉਸ ਸ਼ਕਲ ਨੂੰ ਕੀ ਕਰਨਾ, ਹਮੇਸ਼ਾ ਨਿਰੀਆਂ ਸ਼ਕਲਾਂ ਨਹੀਂ ਦੇਖਣੀਆਂ ਚਾਹੀਦੀਆਂ। ਹੁਣ ਕਈ ਵਾਰੀ ਆਪਾਂ ਰਿਸ਼ਤਾ ਕਰਦੇ ਹਾਂ, ਆਪਾਂ ਕਹਿੰਦੇ ਵੀ ਮੁੰਡੇ ਦਾ ਡੈਡੀ ਜਿਹੜਾ ਬਾਹਰ ਗਿਆ, ਮੁੰਡੇ ਦਾ ਡੈਡੀ ਆ ਥਾਣੇਦਾਰ ਆ ਵਕੀਲ ਆ, ਆਪਾਂ ਜਦ ਲੜਕੀ ਉਹਦੇ ਬੇਟੇ ਨਾਲ ਵਿਆਹ ਰਹੇ ਹਾਂ ਹਾਦਰ ਵਕੀਲ ਆ, ਆਪਾਂ ਬੱਚਾ ਕੀ ਕਰਦਾ, ਇਹ ਕਮੀ ਆਪਾਂ ਰੱਖਦੀ ਹੈ। ਬਹੁਤ ਸੱਚੇ ਦਰਬਾਰ ਜੀ ਤੇਰਾ ਨੀ ਕਹਿੰਦੀ ਕਹਿੰਦੀ ਆ ਪੰਦਰਾਂ ਬੰਦੇ ਨੂੰ ਬੱਚੇ ਨੂੰ ਹੋ ਸਕਦਾ, ਮੈਂ ਕਿਹਾ ਕਈ ਵਾਰੀ ਘਰ ਦੇ ਜਿਹੜੇ
बजुर्ग होंगे पता हो गए मैं तू तेन पता क्या पता मैं सारे मैं जो वास्ते तालियां मारो बच्चा हूँ हर बच्चा भी ये इंडिया के वखरा ही बच्चा होगा मैं क्या तेन पुराना बारे पता है पहला पता मैं दस भी पुराण अठारह केड़े है ना अंकल जी अठारह का नहीं पता पता मैं जादू एक ही दस दे मैं एक पुराण के फिल्म बड़िया देख मैं ठीक है वाकई इंडिया च वखरा ही बच्चा वो मैं क्या तू फिल्म देखता इन्नी तेरी उम्र है तो तू पढ़ता नहीं पढ़ता मैं तू फिल्म देखता स्कूले कहते जाना तीन चार बार जाइना महीने च मैं ठीक है तू हूं प्राण की ने जी आप कई बार धार्मिक स्थान से जाने सौ के नब्बे नब्बे बंदे जगराता असं कई बार इदा देखी था जी करके भी लोगों को ज्ञान भी है सौ चो नब्बे बंद नहीं पता कि चिंतपुर्णी जोड़ा दरबार जाने दरबार का नाम की है सौ चो नब्बे बंद नहीं पता चिंतपुर्णी दरबार का नाम की है तो जो दसी का फिर कहते हाँ जी भगत जी सही गल कहते की ना है वो सच्चे दरबार की ना है जी सिंह मस्त का धाम ठीक है जी इतने तो पता बनाई है तो मैं 100% पता सी पता लगा सो ये प्राण ने प्राण की ने साढ़े 18 धार्मिक ग्रंथ ने दोबारा कि धार्मिक स्थान पर गया जो पै होंगे ने जिदा सूर्या पुराण गरुड़ पुराण पुराण ठीक है जी मारकंडा पुराण इदा 18 पुराण ने जदों तो दुनिया बनी है तो जदों तो दुनिया का अपना सारा उन्होंने बन रहा बोल गया साचे दरबार की जी हूं रह गया उन्नी कमी उधरों हम ला नहीं मैं कारी फिर अजमा कहने भी छह दिन भजा के देखिए नानी ने चक्की तलवार कहनी गजिया सुन ला मैंने आ गया गुस्सा कहना कहला कहनी दो रेंदे अजे हूं दो तो भी भुल गया तो मैं तेन नहीं बख्शा राणी तलवार लैके खड़ी हो गई कहना राणी हम तलवार का चक्की है दूजे हाथ में जय वाला भी चक ਪਹਿਲਾਂ ਜਿਹੜਾ ਉੱਨੀ ਵੀਹ ਕਹਿ ਤੇਰਾ ਜੈ ਮਾਲਾ ਪਾ ਦੇ ਜਿਹੜੇ ਟਿੰਡ ਤਾਂ ਗਈ ਹੈ ਲਓ ਜੀ ਹੁਣ ਦੇਖਿਓ ਹੁਣ ਟਿੰਡ ਲੈਂਦੀ ਹੈ ਕਿ ਜੈ ਮਾਲਾ ਪੈਂਦੀ ਹੈ ਗੁਰਵਾਰੀ ਕਹਿੰਦੀ ਕਹਿੰਦੀ ਆਉਂਦੀ राजकुमार भी साह सुनाई होता आ जाओ भरा आ गया राजकुमार घोड़ा खोल के तुर पिया कहता मैं चलिया कहना गल सुन ला तू मेरी कितनी मजदूरी ठीक है अपनी मेहनत लै जा राजा कहना मैं रोज सोने मोती दान करता लोगों को इन्ना अनाज दान करता मैं तेरे तो गरीब तो की लाऊं कहना इसे भुलेखे जे बंदा मर जाता सारी जिंदगी कहना जितने तो धर्मराज की कचहरी से गए ना तू राजा होना तो ना मैं गंजा बकरिया वाला उत्थे अमलों के होने या मेरे किसी नहीं तेरी सात संग जी आ जी अज की रात तुम मां के चरणों में ला दी है ना जिदा आप सवेरे किसी फैक्ट्री में ਕਿਸੇ ਖੇਤ ਵਿੱਚ ਜਾ ਵੜੀਏ ਕੰਮ ਕਰਨ ਸ਼ਾਮ ਨੂੰ ਮਾਲਕ ਨੂੰ ਫਿਕਰ ਪੈ ਜਾਂਦਾ ਵੀ ਇਹਦੀ ਦਿਹਾੜੀ ਲੱਗ ਗਈ
ਜਾਂ ਤਾਂ ਤੁਹਾਡੇ ਜੋਬੇ 'ਚ ਪਾ ਕੇ ਭੇਜੂਗਾ ਤੇ ਜਾਂ ਇਹ ਕਹਿ ਦੇਗਾ ਵੀ ਭਾਈ ਦੋ ਦਿਨ ਰੁਕ ਕੇ ਲੈ ਲਾ, ਇਹ ਥੋੜ੍ਹੀ ਕਹਿ ਦਿਓ ਮੈਂ ਤੇਰਾ ਦੇਣਾ ਕੀ। ਏਦਾਂ ਅੱਜ ਦੀ ਜਿਹੜੀ ਦਿਹਾੜੀ ਤੁਹਾਡੀ ਮਾਂ ਦੇ ਚੰਨਾਂ 'ਚ ਲੱਗ ਗਈ, ਵਾਹ ਜੀ ਵਾਹ, ਤਾੜੀ ਮਾਰੋ ਜੀ। 500 ਰੁਪਈਆ ਗੰਜੇ ਵਾਸਤੇ ਤਿਆਰ ਹੈ ਸੱਚੇ ਦਰਬਾਰ ਕੀਤੇ। ਸੋ ਇਹ ਜਿਹੜੀ ਆਪਾਂ ਮਾਲਕ ਦੇ ਕਦਮਾਂ 'ਚ ਲਿਖ ਦਿੱਤੀ ਹਨ, ਇਹਦਾ ਫਲ ਮਿਲਣਾ। ਜੇ ਦੁੱਧ ਕਾੜ ਕੇ ਜਾਗ ਲਾਇਆ ਤਾਂ ਦਹੀਂ ਬਣਨਾ ਹੀ ਬਣਨਾ, ਤੇ ਜੇ ਇਕੱਲਾ ਦੁੱਧ ਹੀ ਘੜਿਆ ਰਹਿ ਗਿਆ ਤਾਂ ਜਾਗ ਨਾ ਲਾਇਆ ਤਾਂ ਕੁਛ ਨਹੀਂ ਬਣਨਾ। ਬਹੁਤ ਸੱਚੇ ਦਰਬਾਰ ਕੀ, ਕਿਉਂਕਿ ਸਿਰ ਤੇ ਟੋਪੀ ਤੇਰੀ ਨੀਅਤ ਖੋਟੀ ਲਿਆ ਕੀ ਟੋਪੀ ਸਿਰ ਭਰ ਕੇ ਛਿਲੇ ਕਿਤੇ ਪਰ ਰੱਬ ਨੀ ਮਿਲਿਆ, ਲਿਆ ਕੀ ਛਿਲਿਆ ਵਿੱਚ ਵੜ ਕੇ ਕਸ਼ਮੀ ਫੇਰੀ ਤੇਰਾ ਦਿਲ ਨਹੀਂ ਫਿਰਿਆ, ਲਿਆ ਕੀ ਕਸ਼ਮੀਅਤ ਫੜ ਕੇ ਉਹ ਬਾਹੂ ਜਾਗ ਬਿਨਾ ਦੁੱਧ ਨਹੀਂ ਜੰਮਦੇ ਤੇ ਭਾਵੇਂ ਲਾਲ ਹੋ ਜਾਣ ਕੱਲ। ਬਹੁਤ ਸੱਚੇ ਦਰਬਾਰ ਕੀ, ਭਾਵੇਂ ਆਵੇ ਦੂਜੇ ਤੋਂ ਮਨਿੰਦਰ ਜਗਦੀਪ ਗੌਤਮ, ਮਨਿੰਦਰ ਗੌਤਮ ਜੀ, ਰਾਮ ਗੌਤਮ, ਰਾਧਨ ਬਲਰਾਜ ਗੌਤਮ, ਸੰਚਤ ਗੌਤਮ, ਆਸਟ੍ਰੇਲੀਆ ਵਾਲਿਓ ਮਾਪਿਆਂ ਦਾ ਦਿਲ ਤੋੜ ਦਿੰਦੇ ਉਹ ਪੁੱਤ।
ਸਾਰਿਆਂ ਨੇ ਫਰਮੈਸ਼ ਮੇਰੇ ਵੇਖਦੀ ਹੈ ਪਹਿਲਾਂ ਉਹਦੀ ਫਰਮੈਸ਼ ਮਿਲਦੇ ਆਪਣੇ ਦੂਜੇ ਤੋਂ
साजे दरबार की कि रहमत की दो मिनट की गल मैं रोक रोक कहना रहा थे सारे ने हर Come on.
ਕਹਿੰਦਾ ਕੱਲ ਨੂੰ ਲੋਕਾਂ ਤੋਂ ਦੇਖ ਕੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਫਿਰ ਤੂੰ ਮੈਨੂੰ ਗਵਾਉਂਦਿਆਂ ਤੋਂ ਇਹ ਵੀ ਗੱਲ ਕਹਿ ਦੇਣੀ ਕਹਿੰਦੀ ਭੋਲੇ ਸ਼ੰਕਰ ਵੀ ਕੱਲ ਨੂੰ ਤੂੰ ਗਵਾਉਣਾ ਦੀ ਗੱਲ ਕਰਨੇ ਬਸ ਇੱਕ ਜਿਹੜਾ ਮਈਆ ਦਰ ਹੈ